ਤੇ ਪਿਆਜ਼ ਦੇ ਕੀਮਤਾਂ ਦੀ ਜੋ ਕਿ ਅਸਮਾਨ ਛੂ ਰਹੇ ਨੇ ਦੱਸ ਦੇ ਕਿ ਪਿਆਜ਼ ਨੇ ਰਸੋਈ ਦਾ ਬਜਟ ਵਿਗਾੜ ਦਿੱਤਾ ਹੈ ਤੇ ਪਿਆਜ਼ ਦਾ ਜੋ ਕੀ ਹੈ ਹੁਣ ਰੇਟ ਮਹਿੰਗਾ ਹੋ ਚੁੱਕਿਆ ਦੱਸ ਦੇ ਕਿ ਪਿਆਜ਼ ਦੀਆਂ ਕੀਮਤਾਂ ਹੁਣ ਅਸਮਾਨੀ ਹੋ ਚੁੱਕੀਆਂ ਨੇ ਮੰਡੀ ਦੇ ਵਿੱਚ 60 ਤੋਂ 70 ਰੁਪਏ ਕਿਲੋ ਤੱਕ ਇਹ ਪਿਆਜ਼ ਹੁਣ ਵਿਕ ਰਿਹਾ ਰਾਜਪੁਰਾ ਚ 60 ਰੁਪਏ ਕਿਲੋ ਜੋ ਕੀ ਹੈ ਇਹਨਾਂ ਪਿਆਜ਼ਾਂ ਦਾ ਰੇਟ ਹੋ ਚੁੱਕਿਆ ਹੈ ਤੇ ਮਹਿੰਗੇ ਪਿਆਜ਼ ਨੇ ਹੁਣ ਹੰਝੂ ਕਢਵਾ ਦਿੱਤੇ ਨੇ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਮਹਿੰਗੇ ਇਹ ਪਿਆਜ਼ ਦੀ ਹੁਣ ਮਾਰ ਚੱਲਣੀ ਪੈ ਰਹੀ ਹੈ ਤਦੇ ਕਿ ਪਿਆਜ਼ ਦੀ ਹੁਣ ਕੀਮਤਾਂ ਜੋ ਕਿ ਆਸਮਾਨ ਤੱਕ ਪਹੁੰਚ ਚੁੱਕਿਆ ਨੇ ਰਾਜਪੁਰ ਦੇ ਵਿੱਚ 60 ਰੁਪਏ ਕਿਲੋ ਪਿਆਜ਼ਾਂ ਦਾ ਜੋ ਕਿ ਹੈ ਰੇਟ ਹੋ ਚੁੱਕਿਆ ਹੈ प्याज 60 रुपए किलो चल रहा है तो परचून में क्या रेट मिल रहा है आपको परचून में 45-55 मिलता है 45-50-55 प्याज बहुत महंगा हो गया है परचून ही 60 रुपए किलो में कर रही है मैंने ही 100-150 रुपए किलो दो प्याज का रेट बहुत हो गया है अराइवल घट हो रही है पीछे माल घट आ रहा है इस वक्त तेजी है भाई मंडी नॉर्मल रेट हो जाएगी जब अराइवल बढ़ गई रेट ठीक हो